ਹਾਂ ਜੀ, ਅੱਜ ਆਪਾਂ ਖੜ੍ਹੇ ਹਾਂ PAU ਦੇ ਵਿੱਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀਰ ਖੜ੍ਹੇ ਨੇ। ਇਹਨਾਂ ਕੋਲ ਇੱਕ ਨਾ ਇਹ ਪ੍ਰੋਡਕਟ ਲੈ ਕੇ ਆਏ ਨੇ ਅੱਜ ਦੇ ਮੇਲੇ ਦੇ ਵਿੱਚ, ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲੈਂਦੇ ਹਾਂ। ਵੀਰ ਕਿੱਥੋਂ ਆਏ ਨੇ, ਕਿਹੜੀ ਫਾਰਮ ਹੈ ਨਾ ਜੀ? ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਦਾ, ਜੋ ਅੱਜ ਲੁਧਿਆਣੇ ਦੇ ਵਿੱਚ ਆਪਣੇ PU ਯੂਨੀਵਰਸਿਟੀ ਵਿੱਚ ਆ ਰਹੇ ਹਨ ਜੀ, ਦੋ ਦਿਨਾਂ ਵਾਸਤੇ ਆਪਣੇ ਮੇਲਾ ਜੋ ਸਟਾਰਟ ਹੈ। ਅਤੇ ਅਸੀਂ ਜੀ ਰਤੀਆ ਲੈਂਬਰੋ ਸਾਡਾ ਬ੍ਰਾਂਡ ਹੈ, L&B ਸਾਡੀ ਕੰਪਨੀ ਹੈ ਜੀ, ਫਾਰਮਿੰਗ ਸਲਿਊਸ਼ਨ L&B ਰਤੀਆ ਤੋਂ ਜੀ, ਜੋ ਹਰਿਆਣੇ ਦੇ ਵਿੱਚ ਪੈਂਦੀ ਹੈ ਜੀ ਬਾਰਡਰ 'ਤੇ। ਹਾਂ, ਹੁਣ ਆਪਾਂ ਜਿਹੜੀ ਜਾਣਕਾਰੀ ਲੈਣੀ ਉਹ ਵੀ ਇਹ ਪ੍ਰੋਡਕਟ ਕੀ ਹੈ, ਕੀ ਕਹਿੰਦੇ ਇਹਨੂੰ ਜੀ? ਬਰੋਡ ਆਪਣਾ ਬ੍ਰੋਡਕਾਸਟ ਕਹਿੰਦੇ ਜੀ। ਹਾਂ, ਇਹ ਫਰਟੀਲਾਈਜ਼ਰ ਜਿੰਨੀਆਂ ਵੀ ਖਾਦਾਂ ਨੇ ਆਪਣੀਆਂ, ਖਾਦਾਂ ਨੂੰ ਖਿਲਾਰਨ ਵਾਸਤੇ ਕੰਮ ਆਉਂਦਾ ਜੀ ਇਹ ਚੀਜ਼ ਆਪਣੀ ਸਾਰੀ, ਮਤਲਬ ਖੇਤ ਦੇ ਵਿੱਚ ਜਿਹੜੀ ਖਾਦ ਪੈਂਦੀ ਹੈ, ਜਿਵੇਂ ਅੱਜ ਕੱਲ੍ਹ ਲੇਬਰ ਦੀ ਬਹੁਤ ਕਮੀ ਆ ਰਹੀ ਹੈ, ਉਸ ਕਰਕੇ ਦੇਖਦੇ ਖੇਤੀ ਦੇ ਵਿੱਚ ਫਰਟੀਲਾਈਜ਼ਰ ਖਾਦਾਂ ਜ਼ਿਆਦਾ ਜ਼ਰੂਰੀ ਹੋ ਰਹੀਆਂ ਨੇਗੀਆਂ। ਜਿਵੇਂ ਆਲੂ ਦੀ ਖੇਤੀ ਹੋ ਗਈ ਜੀ, ਉਸ ਦੇ ਵਿੱਚ ਜ਼ਿਆਦਾ ਖਾਦ ਜ਼ਰੂਰਤ ਪੈਂਦੀ ਆ, ਅਤੇ ਲੇਬਰ ਦੀ ਕਮੀ ਕਾਰਨ ਸਾਥੋਂ ਉਹ ਚੀਜ਼ਾਂ ਨਹੀਂ ਖਾਦੇ, ਉਹਨਾਂ ਕਰਕੇ ਰਿਕਾਰਡਿੰਗ ਇਹ ਚੀਜ਼ ਆਪਾਂ ਬਣਾਈ ਹੈ। ਠੀਕ ਹੈ ਜੀ, ਇਹਦੇ ਵਿੱਚ 8 ਗੱਟੇ ਯੂਰੀਆ ਪੈ ਜਾਂਦੀ ਹੈ ਜੀ। ਹਾਂਜੀ ਹਾਂਜੀ ਜੀ, ਅਤੇ ਸਮੇਂ ਦੇ ਆਪਣੇ ਸਮੇਂ ਦੀ ਬੱਚਤ ਹੁੰਦੀ ਹੈ। ਅਤੇ ਹਾਂ, ਕਿੰਨੇ ਸਮੇਂ ਦੇ ਵਿੱਚ ਏਕੜ ਦੇ ਵਿੱਚ ਪਾ ਦਿੰਦਾ ਇਹ ਜੀ? 20 ਕਿਲੋ ਤੋਂ ਲੈ ਕੇ ਆਪਾਂ 8 ਗੱਟੇ ਤੱਕ ਆਪਾਂ 15-20 ਮਿੰਟਾਂ ਦੇ ਟਾਈਮ ਦੇ ਵਿੱਚ ਆਪਾਂ ਖਿਲਾਰ ਸਕਦੇ ਹਾਂ ਜੀ, ਇੱਕ ਏਕੜ ਦੇ ਵਿੱਚ 15-20 ਮਿੰਟ ਸਾਰਾ ਟਾਈਮ ਲੱਗਣਾ ਜੀ, 15 ਮਿੰਟ। ਇਹਦਾ ਥੋੜ੍ਹਾ ਜਿਹਾ ਜਾਣਕਾਰੀ ਦਿਓ ਵੀ ਕਿੱਦਾਂ ਕਿੱਦਾਂ ਇਹਦਾ ਪ੍ਰੋਸੈਸ ਕੀ ਹੈ ਥੋੜ੍ਹਾ ਜਿਹਾ? ਠੀਕ ਹੈ ਜੀ, ਇਹ ਜੀ ਟਰੈਕਟਰ ਨਾਲ ਅਟੈਚਮੈਂਟ ਹੈ, ਟਰੈਕਟਰ ਨਾਲ ਅਟੈਚਮੈਂਟ, ਕੋਈ ਵੀ ਕੈਟੇਗਰੀ ਦਾ ਟਰੈਕਟਰ ਹੋਵੇ। ਠੀਕ ਹੈ ਜੀ, ਬਟ ਹਾਂਜੀ ਕ੍ਰੋਸ ਪੈਂਦਾ, ਇਹ ਵਾਲਾ ਕ੍ਰੋਸ ਹੈ ਨਾਲ, ਕ੍ਰੋਸ ਵਾਲਾ ਪੈਸੇ ਜੀ ਨਾਲ। ਠੀਕ ਹੈ ਜੀ, ਠੀਕ ਹੈ ਜੀ। ਹਾਂ, ਇਹ ਕੀ ਕੰਮ ਕਰਦਾ ਲੀਵਰ? ਇਹ ਸਰ ਆਪਾਂ ਜਿਵੇਂ ਰਸਤੇ ਦੇ ਵਿੱਚ ਲੋਡ ਕਰਨਾ ਮਾ, ਉਦੋਂ ਬਾਅਦ ਆਪਾਂ ਭਰੇ ਹੋਏ ਆ, ਹਾਂਜੀ, ਜਿਵੇਂ ਸਾਰੇ ਜਿਵੇਂ ਗੱਟੇ ਪਾਰ ਕੇ ਜੀ, ਉਹਨਾਂ ਨੇ ਇਹ ਪੈਟਰੋਲ ਲੋਕ ਲਾਰ ਗਿਆ ਜੀ ਆਪਾਂ, ਇਹ ਰਸਤੇ ਦੇ ਵਿੱਚ ਖਿਲਾਰ ਨਹੀਂ ਹੋਊਗੀ। ਚੱਕੇ ਜੋ ਲਓ ਜੀ, ਹਾਂਜੀ। ਅੱਛਾ, ਉਹ ਇਹ ਵਾਲਾ ਉੱਥੋਂ ਇਹਦਾ ਸਪੇਸ ਹੈਗੀ ਆ ਜਿਹੜਾ ਬਾਹਰ ਜਾਣਾ ਹੈ, ਉਹ ਖਾਦ ਵਾਲੇ ਜੀ। ਹਾਂਜੀ, ਇਹ ਜਗ੍ਹਾ ਤੋਂ ਖੁੱਲਦਾ ਹੈ? ਹਾਂਜੀ ਹਾਂਜੀ। ਖਾਈ ਮੜਾ ਜਿਹਾ ਇੱਕ ਮਿੰਟ, ਲਓ ਜੀ, ਇਹ ਉਹ ਦੇਖੋ, ਇੱਥੋਂ ਆਪਾਂ ਘੱਟ ਵੱਧ ਵੀ ਕਰ ਸਕਦੇ ਇਹਨੂੰ? ਨਹੀਂ, ਘੱਟ ਵੱਧ ਵਾਲਾ ਪਿੱਛੇ ਲੱਗਿਆ ਹੋਇਆ ਜੀ, ਉਹ ਦਿਖਾਓ। ਇਹ ਸਿਰਫ ਆਪਾਂ ਨੇ ਖੋਲਣ ਵਾਸਤੇ ਤੇ ਬੰਦ ਕਰਨ ਵਾਸਤੇ ਆ ਜੀ, ਬੰਦ ਕਰਨ ਵਾਸਤੇ, ਖੋਲਣ ਵਾਸਤੇ, ਜਿਵੇਂ ਵੀ ਆਪਾਂ ਇਹਨੂੰ ਓਪਨ ਕਰਨਾ ਜੀ, ਨਹੀਂ ਯੂਜ ਕਰਨਾ ਤਾਂ ਇਹਨੂੰ ਬੰਦ ਕਰ ਸਕਦੇ ਹਾਂ ਜੀ ਆਪਾਂ। ਠੀਕ ਹੈ, ਜਿਵੇਂ ਹੁਣ ਆਪਣਾ ਇੱਕ ਏਕੜ ਦੇ ਵਿੱਚ ਖਤਮ ਹੋ ਗਿਆ ਜੀ ਆਪਣਾ ਏਰੀਆ ਕਵਰ, ਆਪਾਂ ਦੂਜੇ ਨੈਕਸਟ ਖੇਤ ਜਾਣਾ ਤਾਂ ਉਸ ਨੂੰ ਆਪਾਂ ਇਹਨੂੰ ਬੰਦ ਕਰ ਸਕਦੇ ਹਾਂ ਟਰੈਕਟਰ ਦੇ ਉੱਪਰ ਬੈਠੇ ਬੈਠੇ ਜੀ। ਠੀਕ ਹੈ ਜੀ, ਹਾਂਜੀ। ਫਿਰ ਜੇ ਕਈ ਵਾਰੀ ਕ੍ਰੋਸ ਚੱਲਦਾ ਰਹੇ ਜੀ, ਫਿਰ ਮਤਲਬ ਕ੍ਰੋਸ ਵਾਲੀ ਕੋਈ ਦਿੱਕਤ ਨਹੀਂ ਜੀ, ਚੱਲੀ ਜਾਊਗਾ, ਕੋਈ ਮੈਟਰ ਨਹੀਂ, ਉਹ ਚੱਲਦਾ ਰਹੂਗਾ। ਹਾਂਜੀ, ਆਜੋ ਇਧਰ ਹੀ ਸਾਈਡ ਵੀ। ਠੀਕ ਹੈ ਜੀ, ਆਜੋ ਇਧਰਲੇ ਪਾਸੇ ਬਟਰ ਹੈ ਜੀ, ਖਾਦ ਵਾਲਾ ਇਹ ਚੀਜ਼ ਹੈ ਜੀ। ਇੱਥੋਂ ਦੇਖੋ, ਓਕੇ ਜੀ, ਜਿਵੇਂ ਕਿਸੇ ਪੜੋਸੀ ਦੀ ਵੱਟ ਆ ਜਾਂਦੀ ਹੈ ਜੀ ਬਾਹਰ ਆਪਣੇ ਗਵਾਂਢੀ ਦੀ, ਉੱਧਰ ਆਪਾਂ ਨਹੀਂ ਪਾ ਖਾਣਾ, ਦੂਜੇ ਖੇਤ ਦੇ ਵਿੱਚ ਨਹੀਂ ਪਾਉਣਾ ਆਪਾਂ ਨੇ, ਤਾਂ ਇਹਨੂੰ ਇੱਧਰਲੀ ਸਾਈਡ ਕਰ ਦੋਗੇ, ਇਹਨੇ ਇੱਕ ਸਾਈਡ ਬੰਦ ਹੋ ਜਾਣੀ ਆ, ਇੱਕ ਸਾਈਡ ਕੰਮ ਕਰਨੀ ਆ ਅੱਧੀ। ਮਤਲਬ ਚਾਰੇ ਪਾਸੇ ਨਹੀਂ ਮਾਰਦਾ? ਹਾਂ, ਚਾਰੇ, ਜਦੋਂ ਆਪਾਂ ਨੇ ਮੰਨ ਕੇ ਚੱਲੋ ਵੀ ਬਾਲ ਚਿੱਕੇ ਜਾਂ ਆਪਾਂ ਆਲੇ ਦੁਆਲੇ ਰਾਊਂਡ ਲਾਉਣਾ ਜੀ, ਗੁਆਂਢੀਆਂ ਦੀ ਵੱਟ ਆ ਜਾਂਦੀ, ਉੱਧਰ ਆਪਾਂ ਰਾਊਂਡ ਲਾਉਣਾ, ਤਾਂ ਇਹਨੂੰ ਇੱਧਰਲੀ ਸਾਈਡ ਕਰ ਦਿਓ, ਇਹਨੇ ਉੱਧਰਲੀ ਸਾਈਡ ਵੱਟ ਕ੍ਰੋਸ ਨਹੀਂ ਕਰੂਗਾ ਜੀ। ਠੀਕ ਹੈ, ਇਹਨੇ ਸਿੱਧੀ ਅਤੇ ਇੱਧਰਲੇ ਅੰਦਰ ਅੰਦਰ ਗਰਾਊਂਡ 'ਚ ਮਾਰਨੇ ਆਪਣੇ 'ਤੇ, ਜਿਹੜਾ ਇਹਦੇ ਆਹ ਲੱਗਿਆ ਕੀ ਜੀ? ਇਹ ਇਹ ਸਾਰਾ ਜੀ ਖਾਦ ਵਾਲੇ ਨੇ ਜੀ, ਜਿਵੇਂ ਆਪਾਂ 1 ਨੰਬਰ 'ਤੇ ਇਹਦਾ, ਜਿਵੇਂ ਆਪਣੀ ਜੀ 20 ਕਿਲੋ, ਉਦੋਂ ਬਾਅਦ 2 ਨੰਬਰ 'ਤੇ 40 ਕਿਲੋ, ਜਿਸ ਤਰ੍ਹਾਂ ਆਪਾਂ ਨੰਬਰਾਂ ਦੇ ਹਿਸਾਬ 'ਤੇ ਆਪਾਂ ਵਧਾਉਣੀ ਹੈ ਖਾਦ, ਉਹਨੇ ਆਪਾਂ ਵਧਾ ਸਕਦੇ ਜੀ। ਮਤਲਬ ਜੇ ਆਪਾਂ ਉਹਦੀ ਕੰਪੈਸਿਟੀ ਵਧਾਉਣੀ ਆ, ਹਾਂ, ਜਿਹਦੀ ਕੰਪੈਸਿਟੀ ਨੰਬਰ, ਜਿਵੇਂ ਜਿਵੇਂ ਨੰਬਰ ਵਧ ਜਾਣਗੇ ਜਿਹਦੀ ਕੰਪੈਸਿਟੀ ਵਧ ਜਾਊਗੀ ਜੀ। ਹਾਂਜੀ ਜੀ, ਬਹੁਤ ਹਾਈ ਵਧੀਆ ਇਹਦੇ ਗੇਅਰ ਲੱਗਿਆ ਹੋਇਆ ਜੀ ਥੱਲੇ, ਲਾਈਫ ਟਾਈਮ ਦੀ। ਇਹਦੇ ਨਾਲ ਖਿਲਾਰਾ ਹੁੰਦਾ ਇਹਦਾ? ਹਾਂ, ਆ ਇਹ ਚੀਜ਼ ਜੀ, ਹਾਂਜੀ ਜੀ, ਘੁੰਮੂਗੀ ਤਾਂ ਇਹਨੇ ਖਾਦ ਆਪਣੇ ਆਪ 1100-1200 ਦੀ ਰੇਸ 'ਤੇ, ਜਿਹੜਾ ਨੋਰਮਲ ਬਾਈ ਵਾਲਾ ਗੇਅਰ ਹਾਈ ਦੇ ਵਿੱਚ, ਪਹਿਲੇ ਹਾਈ 'ਚ ਆਪਾਂ ਚਲਾ ਸਕਦੇ ਹਾਂ ਟਰੈਕਟਰ ਨੂੰ। ਹਾਂਜੀ, ਜ਼ਿਆਦਾ ਕੋਈ ਕਰ ਜੀ ਇਹ ਜੀ, ਜਿਵੇਂ ਆਪਾਂ ਕਣਕ ਬਿਜਾਈ ਦੇ ਵਿੱਚ ਬੀਜ, ਜਿਵੇਂ ਨਰਮੇ ਵਾਲੇ ਏਰੀਆ ਕੁਛ ਏਰੀਆ ਦੇ ਵਿੱਚ ਆਪਾਂ ਛਿੱਟਾ ਮਾਰਦੇ ਹਾਂ ਕਣਕ ਦੇ ਬੀਜ ਦੇ, ਜਾਂ ਕੋਈ ਹੋਰ ਆਪਣਾ ਬਿਜਾਈ ਵਾਲੀਆਂ ਆਈਟਮਾਂ ਜੋ ਛਿੱਟੇ ਮਾਰ ਕੇ ਆਪਾਂ ਖਿਲਾਰਦੇ ਹਾਂ, ਉਹ ਸਾਰੀਆਂ ਆਈਟਮਾਂ ਵੀ ਆਪਣੇ ਛਿੱਟੇ ਵਾਲੀ ਕੰਮ ਵਾਲੀ ਬਿਜਾਈ ਹੁੰਦੀ, ਉਹਦੇ 'ਚ ਕੰਮ ਦੇਊਗਾ? ਉਹਦੇ 'ਚ ਕੰਮ ਦੇਊਗਾ ਜੀ, ਪੂਰਾ ਜੀ। ਜਿਵੇਂ ਆਪਾਂ ਕਈ ਵਾਰੀ ਬਾਜਰਾ ਛਿੱਟੇ ਨਾਲ ਬੀਜ ਦਿੰਦੇ ਹਾਂ, ਮੱਕੀ ਬੀਜ, ਕੋਈ ਵੀ ਚੀਜ਼ ਆਈਟਮ, ਜਵਾਰ, ਜਿਵੇਂ ਲਾ ਲਓ ਬਾਜਰੇ ਦੀ ਤਾਂ ਆਪਾਂ ਬੀਜ ਘੱਟ ਪਾਉਂਦੇ ਹਾਂ ਜੀ, ਜਿਵੇਂ ਕਣਕ ਦਾ ਬੀਜ ਹੋ ਗਿਆ ਜੀ, ਕੋਈ ਹੋਰ ਜਵਾਰ ਦਾ ਬੀਜ ਹੋ ਗਿਆ, ਉਹ ਸਾਰੇ ਬੀਜਾਂ ਦੇ ਵਿੱਚ ਸਹੀ ਹੈ ਜੀ, ਕਿਉਂਕਿ ਬਾਜਰਾ ਤਾਂ ਆਪਾਂ ਤਕਰੀਬਨ ਥੋੜ੍ਹੀ 1-1.5 ਕਿਲੋ ਆਈਟਮ ਆ ਜਿਹੜੀ। ਠੀਕ ਹੈ ਜੀ, ਬਾਕੀ ਆਈਟਮਾਂ ਜਿਵੇਂ ਕਣਕ ਹੋ ਗਿਆ ਜੀ,
ਜਵਾਰ ਹੋ ਗਈ, ਮੱਕੀ ਹੋ ਗਈ, ਉਹ ਆਈਟਮਾਂ ਆਪਾਂ ਇਹਦੇ ਨਾਲ ਯੂਜ਼ ਕਰ ਸਕਦੇ ਸਾਰੀਆਂ ਚੀਜ਼ਾਂ ਛੱਡੇ। ਠੀਕ ਹੈ ਜੀ, ਅਤੇ ਇਹਦੀ ਜਿਹੜੀ ਮਾਰਕੀਟ ਦੇ ਵਿੱਚ ਪ੍ਰਾਈਸ ਕੀ ਲੈ ਕੇ ਆ ਰਹੇ ਹੋ? ਪ੍ਰਾਈਸ ਸਰ ਮਾਰਕੀਟ ਦੇ ਵਿੱਚ ਇਹਦਾ 35,000 ਰੁਪਇਆ ਜੀ। ਹਾਂਜੀ ਠੀਕ ਹੈ ਜੀ, ਬਟ ਅਸੀਂ ਮੇਲੇ ਕਰਕੇ 5,000 ਰੁਪਏ ਦਾ ਡਿਸਕਾਊਂਟ ਕਰਕੇ ਜੀ, ਜੋ ਵੀ ਸਾਡਾ ਅੱਜ ਮੇਲੇ ਦੇ ਵਿੱਚ ਬੁੱਕ ਕਰਾਊਗਾ ਉਹਨੂੰ ਅਸੀਂ 5,000 ਰੁਪਏ ਡਿਸਕਾਊਂਟ ਦੇਵਾਂਗੇ। ਠੀਕ ਹੈ ਜੀ, ਅਤੇ ਆਪਣਾ ਜਿਹੜਾ ਪਲੇਟਫਾਰਮ ਕਿੱਥੇ ਆ ਇਹ ਜੀ? ਆਪਣਾ ਸਾਬਰਮਤੀ ਆ ਜੀ, ਐਲ ਐਂਡ ਬੀ ਈ ਜੀ ਫਾਰਮਿੰਗ ਸਰਵਿਸ ਸਾਡੀ ਫਰਮ ਦਾ ਨਾਮ ਆ, ਸਰਦੂਲਾ ਰੋਡ ਰਤੀਆ ਜੀ। ਹਾਂ ਸਰਦੂਲਾ ਰੋਡ ਦੇ ਜਿਵੇਂ ਬਾਰਡਰ 'ਤੇ ਆ ਜੀ ਅਸੀਂ, ਪੰਜਾਬ ਹਰਿਆਣਾ ਦੇ ਉੱਧਰ ਬਾਰਡਰ ਵਾਲਾ ਏਰੀਆ ਆ ਗਿਆ ਜੀ ਆਪਣਾ ਉੱਥੇ। ਹਾਂਜੀ ਫਤਿਹਾਬਾਦ ਡਿਸਟ੍ਰਿਕਟ ਲੱਗਦਾ ਜੀ ਆਪਾਂ ਨੂੰ, ਰਤੀਆ ਤਹਿਸੀਲ ਹੈ, ਪ੍ਰੋਪਰ ਰਤੀਆ ਦੇ ਵਿੱਚ ਆ ਜੀ ਅਸੀਂ। ਇੱਕ ਚੀਜ਼ ਮੇਨ ਹੋਰ ਆ ਵੀ ਟਰੈਕਟਰ ਦੀ ਪਾਵਰ ਕਿੰਨੀ ਚਾਹੀਦੀ ਇਹਨੂੰ ਚਲਾਉਣ ਵਾਸਤੇ? ਇਹਨੂੰ ਵਾਸਤੇ ਜੀ ਜ਼ਿਆਦਾ ਨਹੀਂ ਜੀ, ਬਸ 1,100-1,200 ਚੱਕਰਾਂ ਤੱਕ ਆਪਾਂ ਇਹਨੂੰ ਯੂਜ਼ ਕਰ ਸਕਦੇ। ਪਾਵਰ ਨਾਲ ਕੋਈ ਕਪੈਸਿਟੀ ਨਹੀਂ ਜੀ, ਚਾਹੇ 25 HP ਤੋਂ ਲੈ ਕੇ ਆਪਾਂ ਚਾਹੇ ਜਿੰਨੇ ਮਰਜ਼ੀ HP ਤੱਕ ਚਲਾ ਸਕਦੇ, ਕੋਈ ਮਰਜ਼ੀ ਹੈ ਜੀ, ਕੋਈ ਦਿੱਕਤ ਨਹੀਂ। ਹਰ ਜਿਵੇਂ ਆਪਣਾ ਜਿਹੜੇ ਸੁਪਰ ਸੀਡਰ ਹੁੰਦੇ ਆ ਜੀ ਉਹ ਮਾੜੇ ਟਰੈਕਟਰ ਨਹੀਂ ਚਲਾਉਂਦੇ, ਕੋਈ ਗੱਲ ਨਹੀਂ ਹੈਗੀ ਜੀ, ਇਹਨੂੰ ਆਪਾਂ ਆਇਸ਼ਰ ਟਰੈਕਟਰ ਹੈਗਾ ਨੋਰਮਲ, ਆਇਸ਼ਰ ਵੀ ਚਲਾ ਲਓ, ਉਹ ਵੀ ਕੰਮ ਦੇ ਜੂਗਾ, ਬਹੁਤ ਵਧੀਆ ਜੀ, ਮਾੜਾ ਟਰੈਕਟਰ ਵੀ। ਬਾਕੀ ਇਹਨੂੰ ਸਰ ਤੁਸੀਂ ਐਂ ਜੀ, ਅੱਜ ਕੱਲ੍ਹ ਟਾਇਰ ਆ ਰਹੇ ਨੇ ਮਾਰਕੀਟ ਦੇ ਵਿੱਚ ਯੂਜ ਕਰਕੇ, ਇਹਨੂੰ ਆਪਾਂ ਝੋਨੇ ਜੇ ਕਣਕਾਂ ਦੀਆਂ ਬਜਾਈਆਂ ਤਾਂ ਵੈਸੇ ਹੀ ਕੰਮ ਦਿੰਦਾ ਹੈ, ਧਾਨ ਦੀ ਖੇਤੀ ਦੇ ਵਿੱਚ ਵੀ ਆਪਾਂ ਟਰੈਕਟਰ ਮਗਰ ਪਾ ਕੇ ਚਲਾ ਸਕਦੇ ਹਾਂ ਇਹਨੂੰ, ਖੜ੍ਹੇ ਧਾਨ ਦੇ ਵਿੱਚ ਦੀ ਜੀ। ਨਹੀਂ ਪੁੰਨੀ ਇੰਨੀ ਵਧੀਆ ਚੀਜ਼ ਹੈ ਜੀ, ਆਪਾਂ ਮਾੜੀ ਚਾਹ ਦਿੰਦੇ, ਵਧੀਆ ਹੈਵੀ ਡਿਊਟੀ ਚਾਹ ਦਿਲਾਈ ਹੋਈ ਜੀ। ਹਾਂਜੀ ਹਾਂਜੀ, ਥੋੜ੍ਹਾ ਸੰਭਾਲ ਦੇ ਸਿਰ 'ਤੇ ਵੀ ਪੈਂਦਾ ਜੀ, ਆਪਾਂ ਚੀਜ਼ ਨੂੰ ਕੋਈ ਨਹੀਂ ਵੀ ਜਿਵੇਂ ਫਟ ਖਾਧਾ ਨੇ ਜੀ, ਆਪਾਂ ਇੱਕ ਵਾਰੀ ਇਹਨੂੰ ਯੂਜ ਕੀਤਾ ਤਾਂ ਇਹਦੀ ਸਫਾਈ ਜ਼ਰੂਰੀ ਹੈ, ਕੋਈ ਵੀ ਚੀਜ਼ ਦੀ ਸਫਾਈ ਜ਼ਰੂਰੀ ਜੀ, ਆਪਾਂ ਇਸ ਤਰ੍ਹਾਂ ਹੀ ਛੱਡ ਦਾਂਗੇ ਜੀ ਚੀਜ਼ ਨੂੰ ਕੋਈ ਵੀ ਚੀਜ਼ ਹੈ। ਜਿਹੜਾ ਤੁਸੀਂ ਇਹ ਰੱਖਿਆ ਹੋਇਆ ਹਾਂਜੀ, ਇਹਦਾ ਕੀ ਮਕਸਦ ਹੈ? ਇਹਦਾ ਸਰ ਕੀ ਹੈ ਨਾ, ਜਿਵੇਂ ਕੋਈ ਆਪਣੇ ਖਾਦ ਦੇ ਵਿੱਚ ਮੋਟੇ ਡਲੇ ਹੁੰਦੇ ਨੇਗੇ, ਉਹ ਜ਼ਿਆਦਾ ਡਲੇ ਨੇ ਥੱਲੇ ਨਹੀਂ ਜਾਂਦੇ ਜੀ, ਉੱਥੇ ਆਪਣੇ ਜਿਹੜੇ ਸੁਰਾਖ ਨੇ ਉਹ ਬੰਦ ਨਹੀਂ ਹੁੰਦੇ, ਉਹ ਪ੍ਰੋਪਰ ਰਹਿੰਦੇ, ਉਹਦੇ ਨਾਲ ਆਪਾਂ ਜਦੋਂ ਉੱਤੇ ਪਏ ਹੋਏ ਸੁਰਾਖ ਤਾਂ ਉੱਤੇ ਉੱਤੇ ਪੈਂਦਾ, ਆਪਾਂ ਨੂੰ ਥੋੜ੍ਹਾ ਭੁੰਨ ਵੀ ਸਕਦੇ ਜਿੱਥੇ ਆਪਣਾ ਹੱਥ ਜਾਂਦਾ ਜੀ ਆਪਾਂ ਇਹਨਾਂ ਨੂੰ। ਹਾਂਜੀ ਠੀਕ ਹੈ ਜੀ, ਕਰਨ ਦਾ ਤੁਹਾਡੇ ਨਾਲ ਆਪਣਾ ਸੰਪਰਕ ਨੰਬਰ ਦੇ ਦਿਓ। ਠੀਕ ਹੈ, ਸਾਡੇ ਨੰਬਰ ਨੇ ਜੀ 98092-00777। ਇੱਕ ਆਪਣੇ ਬ੍ਰਦਰ ਜੀ ਦਾ ਨੰਬਰ ਨੇ ਜੀ, ਜੋ ਆਪਣੇ ਹੋਨਰ ਨੇ 90-520-377। ਨੰਬਰ ਅਸੀਂ ਦੁਬਾਰਾ ਬੋਲ ਰਹੇ 98092-00777 ਜੀ, 90-520-377। ਹਾਂਜੀ ਹਾਂਜੀ, ਇਹਨੂੰ ਕਹਿੰਦੇ ਨੇ ਬ੍ਰੌਡਕਾਸਟ ਮਿੱਤਰੋ, ਆਹ ਤੁਹਾਡੇ ਸਾਹਮਣੇ ਹੈ ਬ੍ਰੌਡਕਾਸਟਰ, ਖੇਤੀਬਾੜੀ ਦੇ ਵਿੱਚ ਬਹੁਤ ਵਧੀਆ ਕੰਮ ਆਉਂਦਾ, ਵੱਡੇ ਤੋਂ ਲੈ ਕੇ ਛੋਟਾ ਟਰੈਕਟਰ ਜਿਹੜਾ ਮਰਜ਼ੀ ਹੈ, ਪਾਵਰ ਦਾ ਕੋਈ ਚੱਕਰ ਨਹੀਂ, ਹਰ ਵੱਡੇ ਛੋਟੇ ਟਰੈਕਟਰ ਮੰਗਦੇ ਇਹਨੂੰ ਪਾਇਆ ਜਾ ਸਕਦਾ, ਤੁਹਾਡੇ ਬਹੁਤੇ ਕੰਮ ਨੂੰ ਥੋੜ੍ਹੇ ਸਮੇਂ ਦੇ ਵਿੱਚ ਨਿਬੇੜਨ ਦੀ ਇਹ ਸ਼ਕਤੀ ਰੱਖਦਾ। ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਬਾਈਆਂ ਦਾ ਨੰਬਰ ਤੁਹਾਨੂੰ ਦਿੱਤਾ, ਫਾਰਮ ਦਾ ਨਾਮ ਹੈਗਾ L&B ਈਜੀ ਫਾਰਮਿੰਗ ਸਲਿਊਸ਼ਨ, ਦੂਲਗੜ੍ਹ ਰੋਡ ਰਤੀਆ ਜੀ, ਰਤੀਆ ਮਤਲਬ ਮੇਨ ਰਤੀਆ ਤੁਹਾਡਾ? ਹਾਂਜੀ ਮੇਨ ਰਤੀਆ। ਹਾਂਜੀ, ਇਹਨਾਂ ਦੀ ਮੇਨ ਬ੍ਰਾਂਚ ਹੈਗੀ ਰਤੀਆ ਦੇ ਵਿੱਚ, ਤੁਸੀਂ ਜਾ ਕੇ ਕੰਟੈਕਟ ਕਰ ਸਕਦੇ ਹੋ, ਕੋਈ ਵੀ ਜਾਣਕਾਰੀ ਲੈਣੀ ਆ, ਕੋਈ ਰਹਿ ਜਾਂਦੀ ਹੈ ਕਈ ਵਾਰੀ ਜਾਣਕਾਰੀ, ਉਹ ਤੁਸੀਂ ਇਸ ਨੰਬਰ ਤੋਂ ਵੀ ਲੈ ਸਕਦੇ ਹੋ ਜੀ। ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਾਂਜੀ ਮਿਹਰਬਾਨੀ।